ਫੇਸਬੁੱਕ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਕੱਲ੍ਹ ਵੀ ਲਾਈਵ ਸੈਸ਼ਨ ਦੇ ਵਿੱਚ ਦੱਸਿਆ, ਆਲਰੇਡੀ ਤੁਸੀਂ ਫੇਸਬੁੱਕ ਔਰ ਇੰਸਟਾਗ੍ਰਾਮ ਤੇ ਜੇ ਫੋਲੋ ਕਰ ਰਹੇ ਹੋ ਤੇ ਬੜਾ ਕਲੀਅਰ ਹੈ ਤੁਹਾਨੂੰ ਕਿ ਸੈਮੀਨਾਰਸ ਕਰਾਉਣ ਜਾ ਰਹੇ ਹਾਂ। ਸੈਮੀਨਾਰਸ ਕਹਿ ਲਵਾਂ ਜਾਂ ਇਹਨੂੰ ਅਵੇਅਰਨੈਸ ਕੈਂਪੇਨਸ ਕਹਿ ਲਵਾਂ, ਸੋ ਦੈਟ ਉਹ ਸਟੂਡੈਂਟਸ ਜਿਨ੍ਹਾਂ ਤੱਕ ਹਜੇ ਵੀ ਐਗਜੈਕਟ ਇਨਫੋਰਮੇਸ਼ਨ, ਹਜੇ ਤੱਕ ਵੀ ਸਹੀ ਇਨਫੋਰਮੇਸ਼ਨ, ਸਹੀ ਨੌਲੇਜ ਨਹੀਂ ਪਹੁੰਚਦੀ ਕਿ ਕਿਸੇ ਵੀ ਕੰਟਰੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਲਈ ਕੀ ਰੂਲਸ ਐਂਡ ਰੈਗੂਲੇਸ਼ਨਸ ਨੇ, ਕਿਸੇ ਵੀ ਕੰਟਰੀ ਦੇ ਵਿੱਚ ਅੱਜ ਵੀ ਸਟੂਡੈਂਟ ਵੀਜ਼ਾ ਅਪਲਾਈ ਕਰਨ ਲਈ ਕੀ ਐਲੀਜੀਬਿਲਿਟੀ ਕ੍ਰਾਈਟੀਰੀਆ, ਕਿਹੜੀ ਕੰਟਰੀ ਦੇ ਵਿੱਚ ਕਿੰਨੇ ਪਰਸੈਂਟੇਜ ਆਫ ਮਾਰਕਸ, ਕਿਹੜੀ ਕੰਟਰੀ ਦੇ ਵਿੱਚ ਕਿੰਨਾ ਆਇਲਸ ਦਾ ਸਕੋਰ, ਕਿਹੜੀ ਕੰਟਰੀ ਦੇ ਵਿੱਚ ਕਿੰਨਾ ਗੈਪ ਐਕਸੈਪਟੇਬਲ ਹੈ, ਇਹ ਸਾਰੀ ਇਨਫੋਰਮੇਸ਼ਨ ਅੱਜ ਵੀ ਬਹੁਤ ਸਾਰੇ ਸਟੂਡੈਂਟਸ ਤੱਕ ਨਹੀਂ ਪਹੁੰਚੀ। ਜਿਹਦੇ ਬੜੇ ਸਿੰਪਲ ਦੋ ਤਿੰਨ ਐਗਜ਼ਾਮਪਲਸ ਮੈਂ ਕੋਟ ਕਰਦਾ, ਅੱਗੇ ਵੀ ਮੈਂ ਦੱਸਿਆ, ਅੱਜ ਤੱਕ ਵੀ ਸਟੂਡੈਂਟ ਪੁੱਛਦਾ ਭਾਅ ਜੀ ਕੀ ਪੀਟੀ ਤੇ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ। ਸੋ ਇਸ ਗੱਲ ਨੂੰ ਆਪਾਂ ਬਾਰ ਬਾਰ ਕਹਿੰਦੇ ਹਾਂ ਕਿ ਹਾਂਜੀ ਪੀਟੀ ਦੇ ਉੱਤੇ ਕੈਨੇਡਾ ਦਾ ਵੀਜ਼ਾ 100% ਅਪਲਾਈ ਵੀ ਹੁੰਦਾ ਜੀ, ਲੱਗਦਾ ਵੀ ਹੈ, ਲੋਕਾਂ ਦੇ ਲੱਗੇ ਨੇ, ਲੋਕੀ ਗਏ ਵੀ ਨੇ ਲਗਵਾ ਕੇ ਔਰ ਉੱਥੇ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਰਹੇ ਨੇ। ਸੇਮ ਇੱਕ ਇੱਦਾਂ ਦਾ ਹੀ ਦੂਜਾ ਸਵਾਲ ਕੈਨੇਡਾ ਨੂੰ ਰਿਲੇਟਿਡ ਹੀ ਅੱਜ ਵੀ ਸਟੂਡੈਂਟਸ ਆਉਂਦੇ ਨੇ, ਪੁੱਛਦੇ ਨੇ ਭਾਅ ਜੀ ਮੇਰੀ ਐਡਮਿਸ਼ਨ SDS ਕਾਲਜ 'ਚ ਕਰਾਓਗੇ। ਇਸ ਚੀਜ਼ ਦਾ ਵੀ ਜਵਾਬ ਕਈ ਵਾਰੀ ਦੇ ਚੁੱਕਿਆ, ਫਿਰ ਵੀ ਰੈਗੂਲਰ ਬੇਸਿਸ ਦੇ ਉੱਤੇ ਸਟੂਡੈਂਟ ਜ਼ਰੂਰ ਇਹ ਕੁਐਸਚਨ ਪੁੱਛਦਾ। ਹੁਣ ਕਈ ਵਾਰੀ ਤਾਂ ਕੀ ਹੁੰਦਾ ਕਿ ਸਟੂਡੈਂਟ ਨੂੰ ਇਹਦਾ ਜਵਾਬ ਪਤਾ ਹੁੰਦਾ, ਸਟੂਡੈਂਟ ਆਉਂਦਾ 1 'ਚ 5.5 ਬੈਂਡ ਹੈ, ਬਾਕੀ ਸਾਰਿਆਂ 'ਚ 6 ਜਾਂ 6.5 ਹੈ, ਉਹਨੂੰ ਪਤਾ ਹੈ ਮੈਂ SDS 'ਚ ਅਪਲਾਈ ਨਹੀਂ ਹੋਣਾ। ਡਾਕੂਮੈਂਟ ਸਾਹਮਣੇ ਰੱਖੂਗਾ, ਸਾਰੀ ਇਨਫੋਰਮੇਸ਼ਨ ਲੈਣ ਤੋਂ ਬਾਅਦ ਇੱਕ ਵਾਰੀ ਅਗਲਾ ਕਹਿੰਦਾ ਸ਼ਾਇਦ ਕੋਈ ਇਹਦੇ ਕੋਲ ਜਾਦੂ ਦੀ ਛੜੀ ਹੋਵੇ, ਹੈ ਨਾ, ਮੇਰਾ SDS 'ਚ ਹੋ ਹੀ ਜਾਵੇ ਅਪਲਾਈ, ਫਿਰ ਵੀ ਉਹ ਜ਼ਰੂਰ ਪੁੱਛ ਲੈਂਦਾ ਭਾਅ ਜੀ SDS ਹੋ ਜੂਗਾ ਅਪਲਾਈ। ਮਤਲਬ ਜਦੋਂ ਕਿ ਸਟੂਡੈਂਟ ਨੂੰ ਪਤਾ ਹੈ ਕਿ ਮੇਰੇ 1 'ਚ 5.5 ਬੈਂਡ ਹੈ ਔਰ SDS ਦੇ ਵਿੱਚ ਅਪਲਾਈ ਨਹੀਂ ਹੋ ਸਕਦਾ, ਉਹਦੇ ਬਾਵਜੂਦ ਇਹ ਕੁਸ਼ਚਨ ਬੜਾ ਰੈਗੂਲਰ ਹੈ। ਨਾਲ ਇਹ ਹੈ ਕਿ ਭਾਅ ਜੀ ਮੈਨੂੰ SDS ਕਾਲਜ ਮਿਲ ਜੂਗਾ। ਸੋ SDS ਕਾਲਜ ਦੀ ਜਿਹੜੀ ਡੈਫੀਨੇਸ਼ਨ ਹੈ, ਆਪਾਂ ਅੱਗੇ ਵੀ ਕਈ ਵਾਰੀ ਡਿਸਕਸ ਕੀਤਾ ਕਿ SDS ਕਾਲਜ ਨਾਮ ਦੀ ਕੋਈ ਵੀ ਚੀਜ਼ ਐਗਜ਼ਿਸਟ ਨਹੀਂ ਕਰਦੀ। SDS ਇੱਕ ਵੀਜ਼ਾ ਅਪਲਾਈ ਕਰਨ ਦੀ ਕੈਟਾਗਰੀ ਹੈ ਜਿਹਦੇ ਵਿੱਚ ਤਿੰਨ ਸ਼ਰਤਾਂ ਜੇ ਤੁਹਾਡੀਆਂ ਪੂਰੀਆਂ ਹੁੰਦੀਆਂ 1, 2, 3 ਤੁਸੀਂ SDS ਦੇ ਵਿੱਚ ਅਪਲਾਈ ਕਰ ਸਕਦੇ ਹੋ। ਇਰਰਿਸਪੈਕਟਿਵ ਤੁਸੀਂ ਕਿਹੜੇ ਕਾਲਜ, ਕਿਹੜੇ ਕੋਰਸ, ਕਿਹੜੇ ਪ੍ਰੋਵਿੰਸ 'ਚ ਜਾ ਰਹੇ ਹੋ, ਕਮਿਊਨਿਟੀ ਕਾਲਜ ਹੈ, ਪ੍ਰਾਈਵੇਟ ਕਾਲਜ ਹੈ, ਯੂਨੀਵਰਸਿਟੀ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਸਟੈਂਡ ਨਹੀਂ ਕਰਦੀਆਂ। ਉਹ ਤਿੰਨ ਸ਼ਰਤਾਂ ਕੀ ਨੇ? ਸਭ ਤੋਂ ਪਹਿਲੀ ਸ਼ਰਤ 6 ਈਚ ਆਇਲ ਸਕੋਰ, ਜੇ ਤੁਹਾਡੇ ਆਇਲਸ 'ਚ 6 ਈਚ ਬੈਂਡ ਹੈਗੇ ਆ ਫਿਰ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਉਹ ਨਹੀਂ ਕਹਿੰਦੇ ਤੁਹਾਡੇ 50% ਨੰਬਰ ਹੋਣ, ਉਹ ਨਹੀਂ ਕਹਿੰਦੇ ਤੁਹਾਡੇ 70% ਨੰਬਰ ਹੋਣ, ਤੁਸੀਂ ਪਾਸ ਹੋ, ਤੁਹਾਡੇ 6 ਈਚ ਸਕੋਰ ਹੈਗਾ, ਤੁਸੀਂ SDS ਕੈਟਾਗਰੀ ਦੇ ਵਿੱਚ ਸਟੂਡੈਂਟ ਵੀਜ਼ਾ ਕੈਨੇਡਾ ਦਾ ਅਪਲਾਈ ਕਰਨ ਲਈ ਐਲੀਜੀਬਲ ਹੋ ਗਏ। ਇਹਦਾ ਸਿੰਪਲ ਸਿੰਪਲ ਮਤਲਬ ਇਹ ਹੈ ਕਿ ਭਾਈ 10ਵੀਂ ਕਰੋਗੇ ਤੇ 11ਵੀਂ 'ਚ ਐਡਮਿਸ਼ਨ ਮਿਲਣੀ ਹੈ, ਬਾਕੀ ਸਭ ਚੀਜ਼ਾਂ ਬਾਅਦ ਦੀਆਂ ਕਿ ਕਿਹੜੇ ਬੋਰਡ ਤੋਂ ਕੀਤੀ, ਕਿਹੜੇ ਸਕੂਲ ਤੋਂ ਕੀਤੀ, ਪ੍ਰਾਈਵੇਟ ਕੀਤੀ, ਕੋਰਸਪੋਂਡੈਂਸ ਰੈਗੂਲਰ ਕੀਤੀ। ਸੋ ਫਸਟ ਐਂਡ ਓਨਲੀ ਸ਼ਰਤ ਇਜ਼ ਕਿ ਤੁਹਾਡੇ 6 ਈਚ ਬੈਂਡ ਹੋਣੇ ਚਾਹੀਦੇ ਆ। ਜਿਹਦੇ 6 ਈਚ ਬੈਂਡ ਆ ਉਹ ਐਲੀਜੀਬਲ ਹੋ ਗਿਆ ਅਪਲਾਈ ਕਰਨ ਲਈ। ਹੁਣ ਅੱਗੋਂ ਇਮੀਗ੍ਰੇਸ਼ਨ ਕਹਿੰਦੀ ਆ ਭਾਈ 2 ਸ਼ਰਤਾਂ ਹੋਰ ਪੂਰੀਆਂ ਕਰ ਦੇ, 6 ਈਚ ਲੈ ਲਏ, 2 ਸ਼ਰਤਾਂ ਹੋਰ ਪੂਰੀਆਂ ਕਰ ਦੇ। ਇੱਕ ਤਾਂ ਸਾਲ ਦੀ ਫੀਸ ਜਮ੍ਹਾਂ ਕਰਾ ਦੇ ਜਿਹੜੇ ਕਾਲਜ 'ਚ ਪੜ੍ਹਨ ਜਾਣਾ, ਸਾਲ ਦੀ ਫੀਸ ਜਮ੍ਹਾਂ ਕਰਾ ਕੇ ਸਾਲ ਦੀ ਰਸੀਦ ਲੈ ਲਾ, ਉਹ ਰਸੀਦ ਅੰਬੈਸੀ 'ਚ ਆਪਣੀ ਫਾਈਲ ਦੇ ਨਾਲ ਲਾ ਦੇ। ਤੀਜੀ GIC ਜਮ੍ਹਾਂ ਕਰਾ ਦੇ $10,200, ਤਾਂ ਜੋ ਤੈਨੂੰ ਉੱਥੇ ਤੇਰਾ ਲਿਵਿੰਗ ਐਕਸਪੈਂਸ ਦਾ ਜਿਹੜਾ ਖਰਚਾ ਉਹ ਅਸੀਂ ਤੈਨੂੰ ਮਹੀਨੇ ਦੇ ਮਹੀਨੇ ਦੇਈ ਜਾਵਾਂਗੇ। ਜੇ ਤੂੰ ਉਹ ਜਮ੍ਹਾਂ ਕਰਾ ਦੇਣਾ ਯੂ ਆਰ ਐਲੀਜੀਬਲ, ਤੂੰ ਆਪਣਾ SDS ਕੈਟਾਗਰੀ ਦੇ ਵਿੱਚ ਵੀਜ਼ਾ ਅਪਲਾਈ ਕਰ ਸਕਦਾ। ਬਟ ਅੱਜ ਵੀ ਸਟੂਡੈਂਟ ਆਉਂਦਾ, ਅੱਜ ਵੀ ਆ ਕੇ ਪੁੱਛਦਾ ਕੀ ਭਾਅ ਜੀ SDS ਕਾਲਜ 'ਚ ਦਾਖਲਾ ਮਿਲ ਜੂਗਾ, ਕੀ ਭਾਅ ਜੀ ਮੇਰਾ PTE ਦੇ ਨਾਲ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਹੋ ਜਾਂਦਾ। ਦੇਖੋ ਬੜੀਆਂ ਕਲੀਅਰ ਦੋ ਗੱਲਾਂ, ਜਿਹੜੀ ਐਡਮਿਸ਼ਨ ਹੈ ਤੁਹਾਡੀ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ, ਉਸ ਐਡਮਿਸ਼ਨ ਦੇ ਵਿੱਚ ਅੰਬੈਸੀ ਦਾ ਕੋਈ ਰੋਲ ਨਹੀਂ ਹੈਗਾ। ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਤੁਹਾਨੂੰ ਐਡਮਿਸ਼ਨ ਦੇਣੀ ਹੈ, ਚਾਹੇ ਉਹ ਆਸਟ੍ਰੇਲੀਆ, ਚਾਹੇ ਕੈਨੇਡਾ, ਚਾਹੇ UK ਹੈ, ਨਿਊਜ਼ੀਲੈਂਡ ਹੈ, ਸਿੰਗਾਪੁਰ ਹੈ, US ਹੈ, ਐਡਮਿਸ਼ਨ ਤੁਹਾਨੂੰ ਜਿਹੜੇ ਐਜੂਕੇਸ਼ਨ ਇੰਸਟੀਟਿਊਟ ਨੇ ਐਡਮਿਸ਼ਨ ਦੇਣੀ ਹੈ, ਉਸ ਐਜੂਕੇਸ਼ਨ ਇੰਸਟੀਟਿਊਟ ਦੀ ਜਿਹੜੀ ਐਡਮਿਸ਼ਨ ਦਾ ਕ੍ਰਾਈਟੀਰੀਆ, ਉਸ ਐਜੂਕੇਸ਼ਨ ਇੰਸਟੀਟਿਊਟ ਦਾ ਜਿਹੜਾ ਐਡਮਿਸ਼ਨ ਦੀ ਐਲੀਜੀਬਿਲਿਟੀ ਕ੍ਰਾਈਟੀਰੀਆ, ਉਹਦੇ ਬਿਹਾਫ 'ਤੇ ਤੁਹਾਨੂੰ ਐਡਮਿਸ਼ਨ ਮਿਲਣੀ ਹੈ। ਇਹਦੇ ਵਿੱਚ ਕੋਈ ਅੰਬੈਸੀ ਦਾ ਰੋਲ ਨਹੀਂ ਹੈਗਾ।
ਜੇ ਕੋਈ ਯੂਨੀਵਰਸਿਟੀ ਤੁਹਾਨੂੰ ਕਹਿੰਦੀ ਹੈ ਕਿ ਜੀ ਭਾਈ ਮੈਂ 50% ਤੇ ਐਡਮਿਸ਼ਨ ਦੇਣੀ ਹੈ, ਇਹ ਅੰਬੈਸੀ ਨੂੰ ਕੋਈ ਪ੍ਰੋਬਲਮ ਨਹੀਂ, ਉਹ ਯੂਨੀਵਰਸਿਟੀ ਕਹਿੰਦੀ 50% ਵਾਲੇ ਨੂੰ ਮੈਂ ਪੜ੍ਹਾ ਸਕਦੀ ਹਾਂ ਔਰ 50% ਵਾਲਾ ਮੇਰੇ ਕੋਲ ਆ ਕੇ ਪੜ੍ਹ ਸਕਦਾ। ਜੇ ਕੋਈ ਯੂਨੀਵਰਸਿਟੀ ਕਹਿੰਦੀ ਹੈ ਭਾਈ ਮੈਂ 70% ਵਾਲੇ ਨੂੰ ਐਡਮਿਸ਼ਨ ਦੇਣੀ ਹੈ, ਅਗੇਨ ਅੰਬੈਸੀ ਦਾ ਕੋਈ ਰੋਲ ਨਹੀਂ, 70% ਮਾਰਕਸ ਵਾਲੇ ਨੂੰ ਐਡਮਿਸ਼ਨ ਮਿਲੂਗੀ, ਉਹ ਹੀ ਉੱਥੇ ਐਲੀਜੀਬਲ ਹੈ ਅਪਲਾਈ ਕਰਨ ਦੀ। ਕੋਈ ਕਾਲਜ ਕੈਨੇਡਾ 'ਚ ਅੱਜ ਦੀ ਡੇਟ 'ਚ ਕਹਿੰਦਾ ਮੈਂ 6.5 ਓਵਰਆਲ ਅਤੇ 6 ਈਚ ਤੋਂ ਬਿਨਾਂ ਐਡਮਿਸ਼ਨ ਨਹੀਂ ਲੈਣੀ, ਇਹ ਲਾਅ ਨਹੀਂ ਹੈਗਾ ਕਿਤੇ ਵੀ। ਕੋਈ ਵੀ ਕਾਲਜ, ਕੋਈ ਵੀ ਯੂਨੀਵਰਸਿਟੀ ਅੱਜ ਵੀ ਕੈਨੇਡਾ 'ਚ ਵਿਦਾਊਟ ਆਇਲਟਸ ਦੀ ਸਟੂਡੈਂਟ ਨੂੰ ਐਡਮਿਸ਼ਨ ਦੇ ਸਕਦਾ। ਆਸਟ੍ਰੇਲੀਆ ਦੇ ਵਿੱਚ ਕੋਈ ਵੀ ਅਸੈਸਮੈਂਟ ਲੈਵਲ 1 ਦਾ ਕਾਲਜ ਯੂਨੀਵਰਸਿਟੀ ਇੰਡੀਆ ਦੇ ਸਟੂਡੈਂਟ ਨੂੰ ਵਿਦਾਊਟ ਆਇਲਟਸ ਵੀ ਐਡਮਿਸ਼ਨ ਦੇ ਸਕਦਾ। ਯੂਕੇ ਦੇ ਵਿੱਚ ਆਲਰੇਡੀ ਤੁਸੀਂ ਵਿਦਾਊਟ ਆਇਲਟਸ ਹੀ ਅਪਲਾਈ ਕਰ ਰਹੇ ਹੋ। ਸੋ ਅਲਟੀਮੇਟਲੀ ਕਹਿਣ ਦਾ ਮਤਲਬ ਇਹ ਕਿ ਜਿਹੜੀ ਐਡਮਿਸ਼ਨ ਹੈ ਉਹ ਐਡਮਿਸ਼ਨ ਉਸ ਯੂਨੀਵਰਸਿਟੀ ਔਰ ਉਸ ਕਾਲਜ ਦੇ ਉੱਤੇ ਡਿਪੈਂਡ ਹੈ ਜਿਹਦੇ ਤੁਸੀਂ ਦਾਖਲਾ ਲੈਣਾ ਕਿ ਉਹਦਾ ਦਾ ਐਲੀਜੀਬਿਲਟੀ ਕ੍ਰਾਈਟੀਰੀਆ ਕੀ ਹੈ। ਸੋ ਬਹੁਤ ਸਾਰੇ ਸਟੂਡੈਂਟਸ ਆ ਕੇ ਪੁੱਛਦੇ ਨੇ ਕਿ ਮੈਂ ਇਸ ਪਰਟੀਕੁਲਰ ਕਾਲਜ ਜਾਣਾ, ਕੀ ਮੇਰੀ ਐਡਮਿਸ਼ਨ ਹੋ ਜੂਗੀ? ਹਰ ਕਾਲਜ ਯੂਨੀਵਰਸਿਟੀ ਨੇ, ਮੈਕਸੀਮਮ ਕਾਲਜਿਸ ਯੂਨੀਵਰਸਿਟੀਜ਼ ਨੇ ਆਨਲਾਈਨ ਆਪਣੀ ਵੈਬਸਾਈਟ ਦੇ ਉੱਤੇ ਲਿਖ ਕੇ ਲਾਇਆ ਹੋਇਆ ਕਿ ਜੀ ਆਹ ਸਾਡਾ ਐਲੀਜੀਬਿਲਿਟੀ ਕ੍ਰਾਈਟੀਰੀਆ, ਜੇ ਤੁਸੀਂ ਉਹਨੂੰ ਪੂਰਾ ਕਰਦੇ ਹੋ ਆਪਣੀ ਐਡਮਿਸ਼ਨ ਸਾਡੇ ਕੋਲ ਅਪਲਾਈ ਕਰ ਦਿਓ, ਜੇ ਤੁਸੀਂ ਉਹਨੂੰ ਪੂਰਾ ਨਹੀਂ ਕਰਦੇ ਹੋ ਉਹਦੇ 'ਚ ਨਹੀਂ ਅਪਲਾਈ ਹੁੰਦਾ। ਅੱਜ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਨੇ ਜਿਹੜੇ ਕੈਨੇਡਾ 'ਚ ਨੋਨ SDS ਕੈਟਾਗਰੀ 'ਚ ਵੀਜ਼ਾ ਅਪਲਾਈ ਕਰਦੇ ਆ। ਨੋਨ SDS ਕੈਟਾਗਰੀ ਦਾ ਮਤਲਬ ਉਹਨਾਂ ਦੇ 6 ਸੀਟ ਨਹੀਂ ਹੈਗੇ, ਕਿਸੇ ਇੱਕ ਮੋਡਿਊਲ 'ਚ ਤੁਹਾਡੇ 5.5 ਆ, ਮੇਰਾ ਖਿਆਲ ਹਜ਼ਾਰਾਂ ਦੀ ਤਾਦਾਦ 'ਚ ਤੁਹਾਨੂੰ ਵੀਜ਼ੇ, ਜੇ ਤੁਸੀਂ ਮੇਰੀ ਫੇਸਬੁੱਕ ਪੇਜ 'ਤੇ ਦੇਖੋ ਜਾਂ ਇੰਸਟਾਗ੍ਰਾਮ 'ਤੇ ਸ਼ੇਅਰ ਦੇਖੋ ਸਟੋਰੀਜ਼, ਤਾਂ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਨੇ ਜਿਹਨਾਂ ਦੇ ਇੱਕ ਮੋਡਿਊਲ 'ਚ 5.5 ਬੈਂਡ ਨੇ। ਔਨ ਦੀ ਅਦਰ ਹੈਂਡ ਇਹੀ ਸਟੂਡੈਂਟ ਨੂੰ ਜੇ ਆਪਾਂ ਕਹਿ ਲਈਏ ਕੈਨੇਡਾ ਦੇ ਕਈ ਕਾਲਜਸ ਤਾਂ ਐਡਮਿਸ਼ਨ ਵੀ ਨਹੀਂ ਦੇਣਗੇ। ਸੋ ਇੱਕ ਪਾਸੇ ਉਹਨਾਂ ਦਾ ਵੀਜ਼ਾ ਲੱਗ ਗਿਆ ਅੰਬੈਸੀ ਕੋਲੋਂ, ਦੂਜੇ ਪਾਸੇ ਕੁਛ ਇੱਦਾਂ ਦੇ ਕਾਲਜਿਸ ਯੂਨੀਵਰਸਿਟੀਜ਼ ਨੇ ਜਿਹੜੇ ਉਹਨਾਂ ਨੂੰ ਦਾਖਲਾ ਤੱਕ ਨਹੀਂ ਦੇਣਗੇ, ਇੱਦਾਂ ਕਿਉਂ? ਸੋ ਇਹਦਾ ਸਿੰਪਲ ਜਿਹਾ ਇਹੀ ਰੀਜ਼ਨ ਹੈ ਕਿ ਜਿਹੜੀਆਂ ਯੂਨੀਵਰਸਿਟੀਜ਼ ਔਰ ਕਾਲਜਿਸ ਨੇ ਉਹਨਾਂ ਦਾ ਹਰੇਕ ਦਾ ਆਪਣਾ ਆਪਣਾ ਐਡਮਿਸ਼ਨ ਕ੍ਰਾਈਟੀਰੀਆ, ਆਪਣੀ ਆਪਣੀ ਸ਼ਰਤਾਂ ਨੇ, ਆਪਣੇ ਆਪਣੇ ਤਰੀਕੇ ਨੇ ਜਿਹਦੇ ਹਿਸਾਬ ਨਾਲ ਉਹ ਬੱਚੇ ਨੂੰ ਐਡਮਿਸ਼ਨ ਲੈਂਦੇ ਆ, ਔਰ ਉਹ ਵੇਰੀ ਵੀ ਕਰਦੀਆਂ। ਅੱਜ ਦੀ ਡੇਟ 'ਚ ਆਸਟ੍ਰੇਲੀਆ ਦੇ ਬਹੁਤ ਸਾਰੇ ਕਾਲਜਿਸ ਇੱਦਾਂ ਦੇ ਨੇ ਜਾਂ ਯੂਕੇ ਦੇ ਵਿੱਚ ਵੀ ਕਈ ਕਾਲਜਿਸ ਇੱਦਾਂ ਨੇ ਜਿਹੜੇ ਕਹਿੰਦੇ ਆ ਜੀ ਪੰਜਾਬ ਬੋਰਡ ਤੋਂ ਪੜ੍ਹੇ ਹੋ ਤੇ 65% ਨੰਬਰ ਚਾਹੀਦੇ ਆ, CBSE ਬੋਰਡ ਤੋਂ ਪੜ੍ਹੇ ਹੋ ਤਾਂ 60% ਨੰਬਰ ਚਾਹੀਦੇ ਆ। ਸੋ ਇੱਦਾਂ ਇਹ ਵਿਤਕਰਾ ਕਿਉਂ? ਕਿਉਂ ਪੰਜਾਬ ਬੋਰਡ ਦੇ ਵਿੱਚ ਜਾਂ ਸਟੇਟ ਬੋਰਡ ਦੇ ਵਿੱਚ ਪਰਸੈਂਟੇਜ ਵੱਧ ਲਿੱਤੀ ਜਾਂਦੀ ਹੈ? ਕੀ ਇਹ ਕੋਈ ਲਾਅ ਹੈ? ਕੀ ਕਿਸੇ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਇਹ ਚੀਜ਼ ਮੈਂਸ਼ਨਡ ਆ? ਐਬਸੋਲੂਟਲੀ ਨਾਟ। ਦਿਸ ਇਜ਼ ਦੇਅਰ ਇੰਟਰਨਲ ਕ੍ਰਾਈਟੀਰੀਆ ਕਿ ਮੈਂ ਭਾਈ ਇਸ ਤਰੀਕੇ ਨਾਲ ਐਡਮਿਸ਼ਨ ਲੈਣੀ ਹੈ, ਜੇ ਤੁਹਾਡੇ ਕੋਲ ਸ਼ਰਤਾਂ ਪੂਰੀਆਂ ਹੁੰਦੀਆਂ ਮੇਰੇ ਕੋਲ ਆਪਣੀ ਐਡਮਿਸ਼ਨ ਅਪਲਾਈ ਕਰ ਦਿਓ, ਜੇ ਤੁਹਾਡੇ ਕੋਲ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤੁਸੀਂ ਕਿਸੇ ਹੋਰ ਕਾਲਜ, ਕਿਸੇ ਹੋਰ ਯੂਨੀਵਰਸਿਟੀ ਐਡਮਿਸ਼ਨ ਲੈ ਲਓ। ਸੋ ਇਹ ਬੇਸਿਕ ਚੀਜ਼ ਜਿਹੜੀ ਅੱਜ ਵੀ ਸਟੂਡੈਂਟਸ ਨੂੰ ਨਹੀਂ ਪਤਾ, ਇਹ ਬੇਸਿਕ ਰੂਲਸ ਜਿਹੜੇ ਹੈਗੇ ਆ ਜਾਂ ਇਹ ਬੇਸਿਕ ਕ੍ਰਾਈਟੀਰੀਆ, ਬੜੀ ਛੋਟੀ ਜਿਹੀ ਚੀਜ਼ ਹੈ ਜੇ ਅੱਜ ਵੀ ਆਪਾਂ ਇਸ ਚੀਜ਼ ਨੂੰ ਦੇਖ ਲਈਏ। ਕਿਸੇ ਵੀ ਸ਼ਹਿਰ ਦੀ ਗੱਲ ਕਰ ਲਈਏ, ਅੰਮ੍ਰਿਤਸਰ ਦੀ ਗੱਲ ਕਰ ਲਈਏ ਕਿ ਖਾਲਸਾ ਕਾਲਜ ਐਡਮਿਸ਼ਨ ਲੈਣੀ ਹੈ ਜੀ, ਅਗਲੇ ਕਹਿੰਦੇ ਮੇਰੇ ਕੋਲ 70% ਵਾਲਾ ਬੱਚਾ ਹੈ। ਜਲੰਧਰ DAV ਕਾਲਜ ਐਡਮਿਸ਼ਨ ਲੈਣੀ, ਉਹ ਕਹਿੰਦਾ ਕੋਈ ਗੱਲ ਨਹੀਂ, ਮੇਰੇ ਕੋਲ ਹਜੇ ਸੀਟਾਂ ਬਹੁਤ ਪਈਆਂ, 55% ਵਾਲੇ ਨੂੰ ਵੀ ਦਾਖਲਾ ਮਿਲ ਜੂਗਾ। ਸੋ ਇਹ ਚੀਜ਼ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀ ਅੱਜ ਵੀ ਸਟੂਡੈਂਟਸ ਆ ਕੇ ਕੁਸ਼ਚਨ ਪੁੱਛਦੇ ਆ। ਕਿਤੇ ਨਾ ਕਿਤੇ ਕਈਆਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੁੰਦਾ, ਬਟ ਬਹੁਤ ਸਾਰੇ ਸਟੂਡੈਂਟਸ ਹਜੇ ਵੀ ਇਸ ਚੀਜ਼ ਤੋਂ ਅਨਅਵੇਅਰ ਨੇ ਕਿ ਇਹ ਕ੍ਰਾਈਟੀਰੀਆ ਕਿਸ ਤਰ੍ਹਾਂ ਹੈ ਜਾਂ ਇਹ ਚੀਜ਼ ਕਿੱਦਾਂ ਫੋਲੋ ਕਰਨੀ। ਸੋ ਇਹ ਸਾਰੀਆਂ ਚੀਜ਼ਾਂ ਕਲੀਅਰ ਕਰਨ ਲਈ ਤੁਹਾਡੇ ਸ਼ਹਿਰਾਂ ਦੇ ਵਿੱਚ ਆ ਰਹੇ ਹਾਂ, ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ 'ਚ 17 ਤਰੀਕ ਤੋਂ ਲੈ ਕੇ 22 ਤਰੀਕ ਤੱਕ ਸੈਮੀਨਾਰਸ ਕਹਿ ਲਓ, ਅਵੇਅਰਨੈਸ ਕੈਂਪੇਨਸ ਕਹਿ ਲਓ, ਕੁਛ ਕਹਿ ਲਓ, ਤੁਸੀਂ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਤੁਹਾਡਾ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈ ਸਟੱਡੀ ਅਬਰੋਡ ਨੂੰ ਲੈ ਕੇ ਕਿ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਬੀ ਇਟ ਐਨੀ ਕੰਟਰੀ, ਤੁਸੀਂ ਸਿੰਗਾਪੁਰ ਤੋਂ ਲੈ ਕੇ USA ਤੱਕ, ਸਾਈਪ੍ਰਸ ਤੋਂ ਲੈ ਕੇ UK ਤੱਕ, ਆਸਟ੍ਰੇਲੀਆ ਤੋਂ ਲੈ ਕੇ ਨਿਊਜ਼ੀਲੈਂਡ ਤੱਕ, ਕੈਨੇਡਾ ਤੋਂ ਲੈ ਕੇ ਜਰਮਨੀ ਤੱਕ, ਕਿਸੇ ਵੀ ਕੰਟਰੀ ਦੇ ਵਿੱਚ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਪਾਉਣਾ ਚਾਹੁੰਦੇ ਹੋ, ਆਪਣੇ ਸਵਾਲ ਚੱਕੋ, ਆਪਣੇ ਸਵਾਲਾਂ ਦੀ ਲਿਸਟ ਬਣਾ ਲਓ। ਯੂ ਹੈਵ ਗੁੱਡ 4-5 ਡੇਜ਼। 17 ਤਰੀਕ ਨੂੰ ਸੈਮੀਨਾਰ ਸ਼ੁਰੂ ਕਰਾਂਗੇ ਜਲੰਧਰੋਂ। ਆਪਣੇ ਸਵਾਲਾਂ ਦੀ ਲਿਸਟ ਬਣਾ ਲਓ, ਕੁਸ਼ਚਨਸ ਲੈ ਕੇ ਆਓ, ਆਈ ਪ੍ਰੋਮਿਸ ਕਿ ਅਸੀਂ ਤੁਹਾਨੂੰ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ। ਸੋ ਇੱਕ ਵਾਰੀ ਡੇਟਸ ਮੈਂਸ਼ਨ ਕਰ ਦਿੰਦਾ, ਆਲਦੋ ਫੇਸਬੁੱਕ ਤੇ ਔਰ ਇੰਸਟਾਗ੍ਰਾਮ ਤੇ ਦੇ ਆਰ ਪਬਲਿਸ਼ਡ ਵੈਲ, ਵੈਰੀ ਕਲੀਅਰ, ਲਾਊਡ ਐਂਡ ਕਲੀਅਰ ਕਿ 19 ਤਰੀਕ ਨੂੰ ਆਪਾਂ ਕਿੱਥੇ ਹੋਵਾਂਗੇ। 17 ਤਰੀਕ ਸੰਡੇ ਨੂੰ ਜਲੰਧਰੋਂ ਸਟਾਰਟ ਕਰਾਂਗੇ ਜੀ, ਜਲੰਧਰ ਓਮ ਗਲੋਬਲ ਦੇ ਆਫਿਸ ਦੇ ਵਿੱਚ ਬੱਸ ਸਟੈਂਡ ਦੇ ਸਾਹਮਣੇ। ਤੁਸੀਂ ਆ ਸਕਦੇ ਹੋ, ਆ ਕੇ ਮਿਲ ਸਕਦੇ ਹੋ, ਮੈਨੂੰ ਮਿਲ ਸਕਦੇ ਹੋ, ਓਮ ਗਲੋਬਲ ਦੀ ਟੀਮ ਨੂੰ ਮਿਲ ਸਕਦੇ ਹੋ।
सुमित खन्ना नूं मिल सकदे हो जो कि स्पेशली इन्हां सेमिनार्स लई आ रहा है। ऑस्ट्रेलिया दी कोई भी तुहाडी इनफॉर्मेशन हैगी है, ऑस्ट्रेलिया दा कोई भी तुहाडा क्वेश्चन है, क्वेरी है, वी विल डायरेक्ट यू टू सुमित खन्ना। ही इज रजिस्टर्ड माइग्रेशन एजेंट, ऑस्ट्रेलियन गवर्नमेंट वालों मंजूर शुदा माइग्रेशन एजेंट है, जो कि उत्थे प्रैक्टिस करता है इमीग्रेशन दे विच, स्टूडेंट्स दियां वीजा एक्सटेंशंस दे विच, उन्हां दी परमानेंट रेजिडेंसी अप्लाई करन दे विच, टेंपरेरी रेजिडेंस, वर्क परमिट, पार्टनर वीजा, होर किन्ने तरह दे वीजा ने जिहड़े वो अप्लाई करता और स्टूडेंट्स नूं गाइड करता ऑस्ट्रेलिया दे विच रह के। पिछले 13 साल तो ऑस्ट्रेलिया च है, ऑस्ट्रेलियन सिटीजन है ते ऑस्ट्रेलियन इमीग्रेशन दे बारे चंगी खासी नॉलेज है, और तुहानूं मैनूं नहीं लगदा तुहाडा कोई भी क्वेश्चन इदां दा होगा जिहदा जवाब तुहानूं नहीं मिलेगा। सो 17 तरीक नूं जलंधर ऑफिस, 18 तरीक नूं लुधियाना ए होटल फिरोज़ गांधी मार्केट दे कोल तुसीं आ सकदे हो, आके मिल सकदे हो लोकां नूं। कोई भी डाउट तुहानूं हैगा वै ते अपने क्वेश्चन जरूर नाल लैके आओ। कोशिश करो अपने डॉक्यूमेंट्स, चाहे ओरिजिनल चाहे फोटोकॉपीज, जे तुहाडे कोल होणगे, जे तुहाडी रिफ्यूजल है ओह रिफ्यूजल लैटर नाल लैके आओ। जे तुहानूं किसे कॉलेज यूनिवर्सिटी ने एडमिशन नहीं दित्ती, एडमिशन अप्लाई कीती सी ओहदीआं डिटेल्स नाल लैके आओ कि असीं इस यूनिवर्सिटी अप्लाई कीता सी, उस यूनिवर्सिटी ने सानूं एडमिशन नहीं दित्ती और ओहदा रीजन की है। GT करके एडमिशन रिफ्यूज हो गई, GT करके वीजा रिफ्यूज हो गया, या कैनेडा दे विच कोर्स कोरिलेशन करके वीजा रिफ्यूज हो गया, कोई भी तुहाडे कोल रीजन, किसी भी रीजन करके तुहाडा वीजा रिफ्यूज है, ब्रिंग योर डॉक्यूमेंट्स, कम अलोंग। कोशिश करो अपने पेरेंट्स नूं नाल लैके आओ, स्पेशली वो बच्चे जिन्होंने हजे +2 पास कीती है, पेरेंट्स नूं नाल लैके आओगे एक कलैरिटी मिल जाती, उन्हां नूं भी पता लगता है कि तुसीं किहदे कोलों वीजा अप्लाई करन लगे हो, की ये सही बंदे ने, की तुहानूं वीजा अप्लाई करना चाहिए या नहीं, या होर ऑप्शनस देखनियां चाहीदियां। सो लुधियाना 18 तरीक तो बाद 19 तरीक नूं बठिंडे कृष्णा कॉन्टीनेंटल होटल दे विच मिलांगे। बठिंडे दे विच तुसीं आ सकदे हो, कोई भी आस पास दा एरिया है, गंगानगर तो बहुत सारे स्टूडेंट्स ने जिहड़े अज वी साडे कोल चंडीगढ़ ऑफिस दे विच विजिट करदे आ, जलंधर विजिट करदे आ। सो एक ऑप्शन है, एक ऑपरचुनिटी है उहनां कोल कि असीं आप तुहाडे शहर आ रहे हां, तां तुसीं आ के अपने डाउट्स और अपने क्वेश्चनस सानूं पुछ सकदे हो। मैं अगे वी कहिंदा हुंदा कि इन्हां सैशनस दे विच, लाइव सैशनस दे विच एक जनरल इनफॉर्मेशन मैं तुहानूं जरूर दे सकदा, बट परसनलाइज्ड अटेंशन जिहड़ी हैगी है तुहानूं अपनी प्रोफाइल बारे, तुहानूं अपनी एप्लीकेशन बारे, तुहाडी वीजा स्टेटस बारे या तुहाडी एप्लीकेशन बारे नॉलेज उदों ही मिलेगी, या उहदे बारे उदों ही करैक्ट इनफॉर्मेशन मिलेगी जदों तुसीं डॉक्यूमेंट सामने रख के बैठे होगे और तुहानूं टाइम मिलेगा उहदे सवालां दे जवाब लैण दा। सो 19 तरीक नूं बठिंडे तो बाद असीं अमृतसर रंजीत एवेन्यू बेस्ट वैस्टर्न होटल दे विच होवांगे जी, उत्थे तुसीं आ सकदे हो, आ के अपने डाउट्स क्लीयर करो, अपने क्वेश्चंस पुछो। 20 तरीक तो बाद 21 तरीक नूं चंडीगढ़ ओम ग्लोबल दे ऑफिस सैक्टर 17C दे विच आ के तुसीं मिल सकदे हो। किसी भी तरह का कोई भी वीजा तुसीं अप्लाई करना, स्टूडेंट वीजा किसी भी कंट्री का, किसी भी कंट्री तो तुहाडी रिफ्यूजल है, दोबारा डर लगता है क्योंकि ये एक फैक्ट है, जो तुसीं एक कंट्री तो वीजा रिफ्यूज हो जाता तुहाडा किसी भी रीजन करके, तुसीं दोबारा उस एम्बेसी च या किसी होर एम्बेसी दे विच वीजा अप्लाई करन लगे, 4 वारी सोचते हो कि कितने मेरा फिर तो नहीं वीजा रिफ्यूज हो जूगा। बहुत सारे स्टूडेंट्स रेगुलरली अज भी मैनूं मिलदे आ कि भाजी मेरा ऑस्ट्रेलिया तो रिफ्यूज हो गया, मैं फलाने फलाने शहर तो लाया सी, इस कॉलेज दे विच अप्लाई कीता सी, आ रही जी मेरी ऑस्ट्रेलिया दी रिफ्यूजल लैटर, मैं कैनेडा करना चाहना पर मैनूं हुण डर लगदा और मैं उह डर दे विच 3 महीने हो गए सोचदा पिया मैं कैनेडा अप्लाई करदा। हुण एक पासे वह बंदा सच्चा है कि भाई एक बार रिफ्यूजल आ गई तो हुण उहनूं डर तां लगना ही है कि मेरा दोबारा ना रिफ्यूज हो जाए, और उस रिफ्यूजल दे नाल जिहड़ा पैसे दा नुकसान होया वह वखरा कि जी इन्नी प्रोसैसिंग फीस देती जी, इन्नी एम्बेसी फीस देती जी, फिर पैसे गए उत्थों, पैसे वापस आए, डॉलर के कन्वर्जन रेट के प्रॉब्लम हो गई। सो जदों ये सारिया चीज़ा सामने आदि तो बड़ा लाजमी है, बड़ा ऑबवियस है, इट इज़ ह्यूमन कि तुसी डरोंगे और उस डर दे विच वेट करोंगे, बट ऑन द अदर हैंड ये सोचो कि 3 महीने उस डर दे विच कटते कि की मेरा कैनेडा तो नहीं रिफ्यूज़ हो जूगा, और इस डर दे विच तुसी वीजा अप्लाई नहीं किया। हुण जे वह 3 महीने तुसीं वीजा अप्लाई नहीं किया, अगों फिर होर तुसीं 3 महीने 6 महीने होर कढ़ दिते, कैनेडियन एम्बेसी ने तां तुहाडे घरे आ के नहीं कहना कि भाई तेरा वीजा नहीं रिफ्यूज़ कर दे, तू अप्लाई कर दे।
ਸੋ ਜਦੋਂ ਕਿ ਇਸ ਚੀਜ਼ ਦੀ ਪੋਸੀਬਿਲਿਟੀ ਹੈ ਨਹੀਂ ਤੇ ਵੀਜ਼ਾ ਅਪਲਾਈ ਕਰਕੇ ਹੀ ਪਤਾ ਲੱਗਣਾ ਕਿ ਕੀ ਤੁਹਾਨੂੰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ ਸੋ ਡਰ ਨੂੰ ਮਨ ਚ ਕੱਢੋ ਆਪਣੀ ਪ੍ਰੋਫਾਈਲ ਅਸੈਸ ਕਰਾਓ ਜੇ ਪ੍ਰੋਫਾਈਲ ਵਧੀਆ ਹੈ ਜੇ ਤੁਹਾਨੂੰ ਲੱਗਦਾ ਹਰ ਤਰ੍ਹਾਂ ਦੀ ਐਲੀਜੀਬਿਲਿਟੀ ਤੁਸੀਂ ਮੀਟ ਕਰਦੇ ਹੋ ਜ਼ਰੂਰ ਅਪਲਾਈ ਕਰੋ ਸੋ 21 ਤਰੀਕ ਨੂੰ ਚੰਡੀਗੜ੍ਹ ਸੈਕਟਰ 17 ਸੀ ਓਮ ਗਲੋਬਲ ਦੇ ਆਫਿਸ ਔਰ 22 ਤਰੀਕ ਨੂੰ ਉਸ ਤੋਂ ਬਾਅਦ ਕਰਨਾਲ ਮੁਗਲ ਕਨਾਲ ਮਾਰਕੀਟ SCO 395 ਦੇ ਵਿੱਚ ਓਮ ਗਲੋਬਲ ਦੇ ਆਫਿਸ 'ਚ ਆ ਕੇ ਤੁਸੀਂ ਮਿਲ ਸਕਦੇ ਹੋ ਆਪਣੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਓ ਆਪਣੇ ਕੁਐਸਚਨਸ ਦੀ ਲਿਸਟ ਬਣਾ ਕੇ ਲੈ ਕੇ ਆਓ ਤੁਹਾਨੂੰ ਪੂਰਾ ਟਾਈਮ ਦਿੱਤਾ ਜਾਊਗਾ ਤਾਂ ਜੋ ਤੁਹਾਡੇ ਦਿਮਾਗ 'ਚੋਂ ਹਰ ਤਰ੍ਹਾਂ ਦਾ ਡਰ ਕੱਢਿਆ ਜਾਏ ਤਾਂ ਜੋ ਤੁਹਾਡੇ ਦਿਮਾਗ 'ਚ ਹਰ ਤਰ੍ਹਾਂ ਦੀ ਕਲੈਰਿਟੀ ਹੋ ਜਾਏ ਉਸ ਤੋਂ ਬਾਅਦ ਤੁਸੀਂ ਵੀਜ਼ਾ ਆਪ ਅਪਲਾਈ ਕਰ ਦਿਓ ਕਿਸੇ ਕੋਲੋਂ ਅਪਲਾਈ ਕਰਾ ਲਓ ਉਹ ਇੰਟਰਨਲੀ ਤੁਹਾਡੀ ਮਰਜ਼ੀ ਹੈ ਬਟ ਐਟਲੀਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਪ੍ਰੋਫਾਈਲ ਕਿਹੜੀ ਕੰਟਰੀ ਲਈ ਕਿਹੜੀ ਐਮਬੈਸੀ ਲਈ ਸੂਟੇਬਲ ਹੈ ਕਿਹੜੀ ਨਹੀਂ ਸੂਟੇਬਲ ਸੋ ਕੁਝ ਕੁਐਸਚਨਸ ਨੇ ਉਹਨਾਂ ਦੇ ਜਵਾਬ ਦੇ ਦਿੰਦੇ ਹਾਂ ਬਾਬਾ ਜੀ ਕਹਿ ਰਿਹਾ ਜੀ ਇਸ CDI ਕਾਲਜ ਮੋਂਟਰੀਅਲ ਗੁੱਡ ਕਾਲਜ ਬਾਬਾ ਜੀ ਐਵਰੀ ਕਾਲਜ ਇਜ਼ ਗੁੱਡ ਐਂਡ ਐਵਰੀ ਕਾਲਜ ਇਜ਼ ਬੈਡ ਸੋ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ CDI ਕਾਲਜ ਮੋਂਟਰੀਅਲ 'ਚ ਹੈਗਾ ਇਟ ਇਜ਼ ਅ ਪ੍ਰਾਈਵੇਟ ਕਾਲਜ ਬਟ ਮੋਂਟਰੀਅਲ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਹੋ ਪੜ੍ਹਾਈ ਕਰਨ ਤੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਮੈਂ ਜਾਣਦਾ ਇਹਨਾਂ ਕਾਲਜਸ ਦੇ ਵਿੱਚ ਪੜ੍ਹਦੇ ਆ CDI ਵਿੱਚ ਵੀ ਪੜ੍ਹਦੇ ਆ ਸੋ ਤੁਸੀਂ CDI ਅਪਲਾਈ ਕਰਨਾ ਚਾਹੁੰਦੇ ਹੋ ਤੇ ਬਿਲਕੁਲ ਓਕੇ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੋ ਹੁਣ ਆਪਾਂ ਦੇਖ ਲਈਏ ਹੋਰ ਕੀ ਕੁਐਸਚਨ ਹੈ ਸਰ ਕੈਨੇਡਾ ਅਪਲਾਈ ਕਰਨਾ ਹੈ ਕਰੋ ਜੀ ਜ਼ਰੂਰ ਕਰੋ ਜੀ ਕੈਨ ਯੂ ਪਲੀਜ਼ ਟੈਲ ਵੈਦਰ ਆਸਟ੍ਰੇਲੀਆ ਐਕਸੈਪਟਸ ਨਿਊ ਮੈਰਿਜ ਫੋਰ ਆਸਟ੍ਰੇਲੀਆ ਸਪਾਊਸ ਵੀਜ਼ਾ ਬਹੁਤ ਵਧੀਆ ਕੁਐਸਚਨ ਹੈ ਜੀ ਅੱਗੇ ਵੀ ਕਈ ਵਾਰੀ ਜਵਾਬ ਦਿੱਤਾ ਕਿ ਕੋਈ ਵੀ ਕੰਟਰੀ ਕੋਈ ਵੀ ਐਮਬੈਸੀ ਦੀ ਵੈਬਸਾਈਟ ਦੇਖ ਲਓ ਜਾਂ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਦੇਖ ਲਓ ਉੱਥੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਵਿਆਹ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨਵਾਂ ਹੋਣਾ ਚਾਹੀਦਾ ਜਾਂ ਪੁਰਾਣਾ ਹੋਣਾ ਚਾਹੀਦਾ ਸੋ ਕਿਤੇ ਵੀ ਇਸ ਤਰ੍ਹਾਂ ਦੀ ਮੈਂਸ਼ਨ ਨਹੀਂ ਹੈਗੀ ਇਹ ਇੰਟਾਇਰਲੀ ਕਾਲਜ ਟੂ ਕਾਲਜ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਕਿ ਹਰ ਯੂਨੀਵਰਸਿਟੀ ਨੇ ਆਪਣਾ GT ਕ੍ਰਾਈਟੀਰੀਆ ਬਣਾ ਲਿਆ ਕੋਈ ਯੂਨੀਵਰਸਿਟੀ ਕਹਿੰਦੀ ਹੈ ਭਾਈ ਮੈਂ ਸਪਾਊਸ ਕੇਸ ਲੈਣਾ ਹੀ ਨਹੀਂ ਕੋਈ ਯੂਨੀਵਰਸਿਟੀ ਕਹਿੰਦੀ ਹੈ ਕਿ ਮੈਂ ਸਪਾਊਸ ਕੇਸ ਲਵਾਂਗੀ ਬਟ 6 ਮਹੀਨੇ ਪੁਰਾਣਾ ਵਿਆਹ ਹੋਣਾ ਚਾਹੀਦਾ ਜਾਂ ਸਾਲ ਪੁਰਾਣਾ ਵਿਆਹ ਹੋਣਾ ਚਾਹੀਦਾ ਔਨ ਦੀ ਅਦਰ ਹੈਂਡ ਇੱਦਾਂ ਦੀਆਂ ਯੂਨੀਵਰਸਿਟੀਜ਼ ਵੀ ਨੇ ਜਿਹੜੀਆਂ ਕਹਿੰਦੀਆਂ ਕਿ ਮੈਂ 1 ਦਿਨ ਪੁਰਾਣਾ ਵਿਆਹ ਵੀ ਐਕਸੈਪਟ ਕਰ ਲਾਂਗੀ ਬਿਸ਼ਰਤੇ ਸਟੂਡੈਂਟ ਕੋਲ ਇਹ ਪ੍ਰੂਫਸ ਹੋਣੇ ਚਾਹੀਦੇ ਆ ਕਿਉਂ ਸਪਾਊਸ ਵੀਜ਼ਾ ਦੇ ਉੱਤੇ ਇੰਨੇ ਕੁਐਸਚਨਸ ਆਏ ਕਿਉਂ ਸਪਾਊਸ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਇੰਨਾ ਸਟ੍ਰਿਕਟ ਹੋਇਆ ਦਾ ਬੜਾ ਸਿੰਪਲ ਰੀਜ਼ਨ ਹੈ ਸਾਨੂੰ ਸਾਰਿਆਂ ਨੂੰ ਪਤਾ ਇਟ ਇਜ਼ ਕੰਟਰੈਕਟ ਮੈਰਿਜ ਪੰਜਾਬ ਦੇ ਵਿੱਚ ਅੱਜ ਤੋਂ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਸ਼ਾਇਦ ਜਦੋਂ ਤੋਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਚੱਲ ਰਿਹਾ ਉਦੋਂ ਤੋਂ ਸਪਾਊਸ ਵੀਜ਼ਾ ਦੇ ਉੱਤੇ ਕੰਟਰੈਕਟ ਮੈਰਿਜਸ ਦੇ ਉੱਤੇ ਬਹੁਤ ਸਾਰੇ ਸਟੂਡੈਂਟਸ ਉੱਥੇ ਗਏ ਔਰ ਉਹਨਾਂ ਦੇ ਡਾਈਵੋਰਸ ਕੇਸਿਸ ਅੱਜ ਉਸ ਮੈਲਬਰਨ ਜਾਂ ਸਿਡਨੀ ਦੇ ਕੋਰਟ ਦੇ ਵਿੱਚ ਚੱਲ ਰਿਹਾ ਗਿਆ ਨੂੰ 2-2, 3-3 ਮਹੀਨੇ ਨਹੀਂ ਹੁੰਦੇ ਜਾ ਕੇ ਉੱਥੇ ਡਾਈਵੋਰਸ ਦੀ ਐਪਲੀਕੇਸ਼ਨ ਪੈ ਜਾਂਦੀ ਹੈ ਮੁੰਡਾ ਹੋਰ ਪਾਸੇ ਕੁੜੀ ਹੋਰ ਪਾਸੇ ਜਦੋਂ ਇਹ ਚੀਜ਼ ਐਮਬੈਸੀ ਨੂੰ ਪਤਾ ਲੱਗਦੀ ਹੈ ਜਦੋਂ ਇਹ ਚੀਜ਼ ਹੌਲੀ ਹੌਲੀ ਇਮੀਗ੍ਰੇਸ਼ਨ ਤੱਕ ਇਹ ਚੀਜ਼ਾਂ ਪਹੁੰਚ ਗਈਆਂ ਕਿ ਇਸ ਤਰੀਕੇ ਨਾਲ ਸਟੂਡੈਂਟ ਆ ਰਿਹਾ ਵਾ 1 ਦੇ ਨਾਲ 1 ਫ੍ਰੀ ਕਿ ਤੂੰ ਆਇਲਟਸ ਕਰ ਲੈ ਮੈਂ ਪੈਸੇ ਲਾ ਲੈਂਦਾ ਆਪਾਂ ਦੋਵੇਂ ਆਸਟ੍ਰੇਲੀਆ ਚੱਲਦੇ ਹਾਂ ਸੋ ਇਹ ਸਿੰਪਲ ਜਿਹਾ ਰੀਜ਼ਨ ਹੈ ਜਿਹਦੇ ਕਰਕੇ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਡੇਟ 'ਚ ਸਪਾਊਸ ਵੀਜ਼ਾ ਦੇ ਉੱਤੇ ਸਟ੍ਰਿਕਟਨੈਸ ਹੋਈ ਹੈ ਕਹਿ ਲਓ ਜਾਂ ਯੂਨੀਵਰਸਿਟੀਜ਼ ਨੇ ਥੋੜ੍ਹਾ ਕੇਅਰਫੁਲੀ ਪਲੇ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹਦਾ ਵਿਆਹ ਪੁਰਾਣਾ ਹੋਊਗਾ ਉਹਨੂੰ ਐਡਮਿਸ਼ਨ ਦੇਵਾਂਗੇ ਜਿਹਦਾ ਵਿਆਹ ਪੁਰਾਣਾ ਨਹੀਂ ਹੋਊਗਾ ਉਹਨੂੰ ਨਹੀਂ ਦੇਵਾਂਗੇ ਬਟ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਅੱਜ ਵੀ 1 ਡੇ ਓਲਡ ਜਾਂ 1 ਵੀਕ ਓਲਡ ਜਾਂ 1 ਮੰਥ ਓਲਡ ਜਿਹੜੀਆਂ ਮੈਰਿਜਸ ਹੈਗੀਆਂ ਉਹਨੂੰ ਐਕਸੈਪਟ ਕਰਦੀਆਂ ਅਗੇਨ ਇਟ ਡਿਪੈਂਡਸ ਔਨ ਯੋਰ ਪ੍ਰੋਫਾਈਲ ਆਪਣੇ ਡਾਕੂਮੈਂਟ ਲੈ ਕੇ ਮੈਰਿਜ ਸਰਟੀਫਿਕੇਟ ਲੈ ਕੇ ਆ ਜਾਓ ਸਾਨੂੰ ਮਿਲੋ ਵਿਲ ਸੀ ਕਿ ਕੀ ਪੋਸੀਬਿਲਿਟੀ ਹੈਗੀ ਹੈ ਤੁਹਾਡੀ ਐਡਮਿਸ਼ਨ ਦੀ ਸਰ ਪਲੀਜ਼ ਟੈਲ ਮੀ ਅਬਾਊਟ ਗੈਪ ਫੋਰ ਆਸਟ੍ਰੇਲੀਆ ਐਡਮਿਸ਼ਨਸ ਗੈਪ ਫੋਰ ਆਸਟ੍ਰੇਲੀਆ ਐਡਮਿਸ਼ਨਸ ਦਾ ਬੜਾ ਸਿੰਪਲ ਹੈ ਜੀ ਤੁਸੀਂ ਕਦੋਂ ਤੱਕ ਪੜ੍ਹਾਈ ਕੀਤੀ ਹੈ ਔਰ ਉਸ ਤੋਂ ਬਾਅਦ ਅੱਜ ਤੱਕ ਕੀ ਕੀਤਾ ਇਹਦਾ ਸਾਰਾ ਪ੍ਰੂਫ ਇਹਦਾ ਸਾਰੀ ਸਟੇਟਮੈਂਟ ਇਹਦਾ ਸਾਰਾ ਡਾਕੂਮੈਂਟੇਸ਼ਨ ਜਾਂ ਵੇਰਵਾ ਐਮਬੈਸੀ ਨੂੰ ਦੇਣਾ ਪੈਣਾ ਕਿਉਂ ਦੇਣਾ ਪੈਣਾ ਬੜਾ ਸਿੰਪਲ ਹੈ ਐਮਬੈਸੀ ਕਹਿੰਦੀ ਹੈ ਭਾਈ ਤੂੰ 4 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ 12ਵੀਂ ਕੀਤੀ ਸੀ 5 ਸਾਲ ਪਹਿਲਾਂ 12ਵੀਂ ਕਰਕੇ ਤੂੰ ਪੜ੍ਹਾਈ ਛੱਡਤੀ ਜੋਬ ਕਰਨੀ ਸ਼ੁਰੂ ਕਰਤੀ ਜਾਂ ਫਾਦਰ ਨਾਲ ਖੇਤੀਬਾੜੀ ਕਰ ਲਈ ਉਹਨਾਂ ਦੇ ਬਿਜ਼ਨਸ 'ਚ ਆ ਗਿਆ ਹੁਣ 5 ਸਾਲਾਂ ਬਾਅਦ ਤੇਰੀ ਨੀਂਦ ਖੁੱਲੀ ਆ ਹੁਣ ਤੂੰ ਕਹਿੰਦਾ ਨਹੀਂ ਜੀ ਨਹੀਂ ਮੈਂ ਹੁਣ ਪੜ੍ਹਾਈ ਕਰਨੀ ਦੁਬਾਰਾ ਔਰ ਉਹ ਪੜ੍ਹਾਈ ਹੁਣ ਮੈਂ ਆਸਟ੍ਰੇਲੀਆ ਜਾ ਕੇ ਹੀ ਕਰਨੀ ਹੈ ਇੰਡੀਆ ਦੀ ਪੜ੍ਹਾਈ ਨਹੀਂ ਮੈਨੂੰ ਵਧੀਆ ਲੱਗਦੀ ਆਸਟ੍ਰੇਲੀਆ ਦੀ ਪੜ੍ਹਾਈ ਵਧੀਆ ਸੋ ਇਹ ਜਿਹੜੀਆਂ ਚੀਜ਼ਾਂ ਪ੍ਰੈਕਟੀਕਲੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿੱਥੇ ਸਟੈਂਡ ਕਰਦੀਆਂ ਸੋ ਇਹਨਾਂ ਚੀਜ਼ਾਂ ਦਾ ਜਵਾਬ ਅੰਬੈਸੀ ਮੰਗਦੀ ਹੈ ਕਿ ਤੁਸੀਂ ਦੱਸ ਦਿਓ ਤੁਸੀਂ ਅੱਜ ਤੱਕ ਕੀ ਕੀਤਾ ਕਿਉਂ ਕੀਤਾ ਅੱਗਿਓਂ ਦੀ ਕਿਹੜੀ ਕੋਰਸ ਕਿਹੜੀ ਪੜ੍ਹਾਈ 'ਚ ਚੱਲੇ ਹੋ ਕਿਉਂ ਚੱਲੇ ਹੋ
ਫਿਊਚਰ ਪਲਾਨਸ ਕੀ ਹੈਗੇ ਆ ਇਸ ਸਾਰੀ ਚੀਜ਼ ਨੂੰ ਲੈ ਕੇ, ਤੁਹਾਡਾ ਮਾਈਂਡ ਸੈਟ ਕੀ ਹੈ ਐਕਸਪਲੇਨ ਕਰ ਦਿਓ ਨਾ ਤੁਸੀਂ ਕਿ ਆਹ ਮੇਰਾ ਪਾਸਟ ਸੀ, ਆਹ ਪ੍ਰੈਜ਼ੈਂਟ ਹੈ, ਆਹ ਫਿਊਚਰ, ਆਹ ਦੇਖੋ ਜੀ ਆਹ ਸਾਰਾ ਕੁਝ ਜੁੜ ਗਿਆ, ਇਸ ਕਰਕੇ ਮੈਂ ਆਸਟ੍ਰੇਲੀਆ ਪੜ੍ਹਨ ਜਾ ਰਿਹਾ। ਫਿਰ ਚਾਹੇ 8 ਸਾਲ ਦਾ ਵੀ ਗੈਪ ਹੋਵੇ, ਉਹ ਜਸਟੀਫਿਕੇਸ਼ਨ ਜੇ ਤੁਸੀਂ ਅੰਬੈਸੀ ਨੂੰ ਦੇ ਸਕਦੇ ਹੋ, ਗੈਪ ਵਰਗੀ ਚੀਜ਼ ਕਰਕੇ ਵੀਜ਼ਾ ਇੱਦਾਂ ਨਹੀਂ ਰਿਫਿਊਜ਼ ਹੁੰਦਾ। ਸਰ ਮੇਰੀ ਫਾਈਲ ਨੂੰ 8 ਮਹੀਨੇ ਹੋ ਗਏ, ਹਾਲੇ ਤੱਕ ਕੋਈ ਰਿਜ਼ਲਟ ਨਹੀਂ ਆਇਆ, ਕਿੱਥੇ ਅਪਲਾਈ ਕਰਤੀ ਹੈ ਵੀਰ ਜੀ? ਸਾਡੇ ਕੋਲੋਂ ਅਪਲਾਈ ਹੈ ਤਾਂ ਜ਼ਰੂਰ ਮੈਨੂੰ ਕਾਲ ਕਰੋ, ਮੇਰੇ ਨੰਬਰ 'ਤੇ ਫੇਸਬੁੱਕ 'ਤੇ ਮੈਨੂੰ ਮੈਸੇਜ ਕਰਿਓ, ਮੈਂ ਤੁਹਾਨੂੰ ਆਪਣਾ ਨੰਬਰ ਦਊਂਗਾ, ਫਿਰ ਦੇਖਦੇ ਹਾਂ ਕਿ ਕਿਉਂ ਨਹੀਂ ਆਇਆ ਰਿਜ਼ਲਟ ਜਾਂ ਕਿੱਥੇ ਆਪਾਂ ਸਟੈਂਡ ਕਰਦੇ ਹਾਂ। ਸੰਧੂ ਸਾਹਿਬ ਕਹਿੰਦੇ ਪੀ ਟੀ ਮੈਂ ਦੱਸ ਦਿੱਤਾ ਵੀਰ ਜੀ, ਪੀ ਟੀ ਐਕਸੈਪਟੇਬਲ ਹੈਗੀ ਹੈ, ਪੀ ਟੀ ਦੇ ਵੀਜ਼ੇ ਰੈਗੂਲਰ ਬੇਸਿਸ 'ਤੇ ਲੱਗਦੇ ਆ, ਆ ਕੇ ਦੇਖ ਸਕਦੇ ਹੋ। ਸਰ 1-5.5 ਹੈ, ਕੀ ਹੋ ਜਾਏਗਾ ਕੈਨੇਡਾ ਲਈ? ਬਿਲਕੁਲ ਹੋ ਜਾਏਗਾ ਜੀ, 1-5.5 ਨੇ, ਓਵਰਆਲ 6.5 ਨੇ, ਨੋਨ ਐਸ ਡੀ ਐਸ ਕੈਟਾਗਰੀ 'ਚ ਵੀਜ਼ਾ ਅਪਲਾਈ ਹੋਏਗਾ, ਨੋਨ ਐਸ ਡੀ ਐਸ ਕੈਟਾਗਰੀ ਦੇ ਵਿੱਚ ਵੀਜ਼ੇ ਲੱਗਦੇ ਨੇ, ਵੀਜ਼ੇ ਮਿਲਦੇ ਨੇ, ਲੱਗੇ ਹੋਏ ਵੀਜ਼ੇ ਦੇਖੋ ਫਿਰ ਅਪਲਾਈ ਕਰੋ। ਬਟ ਅਗੇਨ ਮੈਂ ਬਾਰ ਬਾਰ ਇੱਕ ਚੀਜ਼ ਕਹਿੰਦਾ ਕਿ ਜੇ ਕਿਸੇ ਦਾ ਵੀਜ਼ਾ ਲੱਗਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਵੀ ਲੱਗ ਜਾਏਗਾ, ਔਰ ਜੇ ਤੁਹਾਡਾ ਲੱਗਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੀਜੇ ਬੰਦੇ ਦਾ ਵੀ ਲੱਗ ਜਾਊਗਾ। ਵੀਜ਼ਾ ਅੰਬੈਸੀ ਨੇ ਗ੍ਰਾਂਟ ਕਰਨਾ, ਹਰ ਪ੍ਰੋਫਾਈਲ, ਹਰ ਐਪਲੀਕੇਸ਼ਨ, ਹਰ ਫਾਈਲ ਅੰਬੈਸੀ ਦੇ ਕੋਲ ਟ੍ਰੀਟ ਹੁੰਦੀ ਹੈ ਉਹਦੇ ਪੋਜ਼ਿਟਿਵਸ ਔਰ ਨੈਗੇਟਿਵਸ ਦੇ ਬਿਹਾਫ ਤੇ। ਚੈੱਕ ਲਿਸਟ ਬਣਦੀਆਂ, ਉਸ ਚੈੱਕ ਲਿਸਟ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਕੀ ਇਸ ਪ੍ਰੋਫਾਈਲ ਦੇ ਵਿੱਚ ਕੀ ਕੀ ਪੋਜ਼ਿਟਿਵ ਨੇ ਵੀਜ਼ਾ ਦੇਣ ਲਈ ਔਰ ਕੀ ਕੀ ਨੈਗੇਟਿਵਸ ਨੇ ਵੀਜ਼ਾ ਨਾ ਦੇਣ ਲਈ। ਸੋ ਇਟ ਇਜ਼ ਇੰਟਾਇਰਲੀ ਦ ਡਿਸੀਜਨ ਆਫ ਦੀ ਵੀਜ਼ਾ ਆਫਿਸਰ, ਡਿਸਕ੍ਰਿਸ਼ਨਰੀ ਪਾਵਰ ਹੈ ਉਹਦੇ ਕੋਲ ਤੁਹਾਨੂੰ ਵੀਜ਼ਾ ਦੇਣ ਦੀ ਜਾਂ ਨਾ ਦੇਣ ਦੀ। ਹੋਰ ਅੱਗੇ ਜੀ, ਸਰ 1 ਈਅਰ ਓਲਡ ਮੈਰਿਜ ਇਜ਼ ਰਿਕੁਆਇਰਡ, ਪੁਨੀਤ ਅਰੋੜਾ। ਯਾਰ 1 ਈਅਰ ਓਲਡ ਮੈਰਿਜ ਨਹੀਂ ਰਿਕੁਆਇਰਡ ਹੈਗੀ, ਜੇ ਤੁਸੀਂ ਡਾਕੂਮੈਂਟ ਲੈ ਕੇ ਆ ਜਾਓ, ਆਪਣੀ ਫਾਈਲ ਲੈ ਕੇ ਆ ਜਾਓ, ਮੈਨੂੰ ਮੈਰਿਜ ਸਰਟੀਫਿਕੇਟ ਨਾਲ ਲੈ ਆਓ, ਵੀ ਵਿਲ ਗੋ ਥਰੂ ਇਟ ਐਂਡ ਆਈ ਵਿਲ ਟੈਲ ਯੂ ਕਿ ਕਿਹੜੀ ਕਿਹੜੀ ਯੂਨੀਵਰਸਿਟੀ, ਕਿਹੜੇ ਕਿਹੜੇ ਕਾਲਜ ਦੇ ਵਿੱਚ ਤੁਹਾਡਾ ਲੇਟੈਸਟ ਮੈਰਿਜ ਦੇ ਨਾਲ ਵੀਜ਼ਾ ਅਪਲਾਈ ਹੋ ਸਕਦਾ, ਬਿਸ਼ਰਤੇ ਇੱਕ ਜੈਨੂਇਨ ਵਿਆਹ ਹੈ, ਇਹ ਕੰਟਰੈਕਟ ਮੈਰਿਜ ਨਹੀਂ ਹੈਗੀ। ਜੇ ਕੰਟਰੈਕਟ ਮੈਰਿਜ ਹੈ ਤਾਂ ਮੇਰੇ ਕੋਲ ਵੀ ਡਾਕੂਮੈਂਟ ਲੈ ਕੇ ਨਾ ਆਇਓ, ਨਾ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਅਤੇ ਨਾ ਅੰਬੈਸੀ ਤੁਹਾਡੀ ਕੋਈ ਮਦਦ ਕਰ ਸਕਦੀ ਹੈ। ਸੋ ਦੈਟਸ ਇਟ ਫੋਰ ਟੂਡੇ, ਅਗੇਨ ਸੈਮੀਨਾਰਸ, ਅਵੇਅਰਨੈਸ ਕੈਂਪੇਨਸ, ਤੁਸੀਂ ਅਪਲਾਈ ਕਰ ਸਕਦੇ ਹੋ, ਆ ਸਕਦੇ ਹੋ ਸਾਡੇ ਕੋਲ, ਡਾਕੂਮੈਂਟ ਲੈ ਕੇ ਆਪਣੇ ਆਓ, ਅਸੈਸਮੈਂਟ ਕਰਾ ਲਓ, ਜਿਹੜੀ ਮਰਜ਼ੀ ਕੰਟਰੀ ਲਈ ਤੁਸੀਂ ਪੁੱਛਣਾ ਚਾਹੁੰਦੇ ਹੋ ਉਹਦੇ ਬਾਰੇ ਇਨਫੋਰਮੇਸ਼ਨ ਲੈ ਲਓ, ਨੌਲੇਜ ਲੈ ਲਓ, ਜੇ ਤੁਹਾਨੂੰ ਸਮਝ ਲੱਗਦੀ ਹੈ ਸਾਡੇ ਕੋਲੋਂ ਅਪਲਾਈ ਕਰੋ, ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਜੇ ਤੁਹਾਡੇ ਨਹੀਂ ਸਮਝ ਲੱਗਦੀ ਤੁਸੀਂ ਜਿੱਥੋਂ ਮਰਜ਼ੀ ਅਪਲਾਈ ਕਰ ਲਓ, ਅਸੀਂ ਤੁਹਾਨੂੰ ਬੰਨ ਕੇ ਨਹੀਂ ਬਿਠਾਵਾਂਗੇ ਉਸ ਸੈਮੀਨਾਰ 'ਚ, ਕੁਛ ਦੇਣ ਨੂੰ ਹੀ ਹੋਊਗਾ ਤੁਹਾਨੂੰ, ਕੁਛ ਲੈਣ ਨੂੰ ਨਹੀਂ ਹੋਊਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ।